ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੈਨੇਡਾ 'ਚ ਫੇਕ LMIAs ਵਿਕ ਰਹੀਆਂ ਹਨ ਜਾਂ ਫੇਕ LMIAs ਦਾ ਧੰਦਾ ਚੱਲ ਰਿਹਾ ਹੈ, ਉਹਦੇ ਉੱਪਰ ਕੈਨੇਡਾ ਸਰਕਾਰ ਪਾਵੇਗੀ ਜੀ ਨੱਥ। ਹੁਣ ਘੁੱਟੇਗੀ ਇਹਨਾਂ ਦਾ ਗਲਾ। ਮੈਂ ਤੁਹਾਨੂੰ ਦੱਸਦਾ ਕਿ LMIA ਨਿਕਲਦੀ ਕਿਵੇਂ ਆ। LMIA ਕਢਾਉਣ ਦੇ ਲਈ ਤੁਹਾਡੇ ਕੋਲ ਜਾਂ ਤਾਂ ਕੁਝ ਡਾਕੂਮੈਂਟਸ ਹੋਣ, ਤੁਸੀਂ ਗਵਰਨਮੈਂਟ ਨੂੰ ਇਹ ਸ਼ੋਅ ਕਰਨਾ ਹੁੰਦਾ ਸੀ ਕਿ ਮੈਂ ਇੰਨੇ ਕੁ ਪੈਸੇ ਕਮਾ ਰਿਹਾ ਹਾਂ ਅਤੇ ਇੰਨੇ ਮਿਸਲੇ ਬੰਦੇ ਕੰਮ ਕਰਦੇ ਨੇ ਅਤੇ ਮੈਨੂੰ ਹੋਰ ਬੰਦਿਆਂ ਦੀ ਲੋੜ ਆ। ਠੀਕ ਆ, ਕੰਪਨੀ ਤੁਹਾਡੀ ਘਾਟੇ 'ਚ ਆ ਤਾਂ ਵੀ ਕੋਈ ਨਹੀਂ, ਤੁਹਾਡੀ ਕੰਪਨੀ ਦੀ ਕੋਈ ਫਿਜ਼ੀਕਲ ਲੋਕੇਸ਼ਨ ਨਹੀਂ ਹੈਗੀ ਤਾਂ ਵੀ ਕੋਈ ਨਹੀਂ। ਉਹ ਕੀ ਹੋਇਆ ਕਿ ਹੁਣ ਗੌਰਮੈਂਟ ਨੂੰ ਇਹ ਚੀਜ਼ ਦੀ ਸਮਝ ਲੱਗੀ ਆ ਕਿ ਲੋਕ ਬਹੁਤ ਜ਼ਿਆਦਾ ਇਹਨੂੰ ਮਿਸਯੂਜ਼ ਕਰ ਰਹੇ ਹਨ ਅਤੇ ਉਹਨਾਂ ਨੇ 1 ਨਵੰਬਰ ਤੋਂ ਇਹ ਕਾਨੂੰਨ ਨਵਾਂ ਲਾਗੂ ਕਰਨਾ ਹੈ ਕਿ ਹੁਣ ਤੋਂ ਜਿਹੜੇ ਵੀ ਬੰਦੇ ਨੇ LMIA ਕਢਾਉਣੀ ਹੋਊਗੀ ਉਹਨੂੰ ਆਪਦੀ ਫਿਜ਼ੀਕਲ ਲੋਕੇਸ਼ਨ ਵੀ ਦੇਣੀ ਹੋਊਗੀ। ਘਰੋਂ ਬਿਜ਼ਨਸ ਵਾਲੇ ਬੰਦੇ ਨੂੰ ਕੀ ਲੋੜ ਆ ਕੰਮ ਵਾਲੇ ਦੇ ਬੰਦੇ ਦੀ, ਖੈਰ ਕੁਝ ਬਿਜ਼ਨਸ ਹੈਗੇ ਨੇ ਜਿਹੜੇ ਲੋੜ ਨਹੀਂ ਹੁੰਦੀ ਵੈਸੇ, ਪਰ ਜ਼ਿਆਦਾਤਰ ਜਿਹੜੇ ਬਿਜ਼ਨਸਿਸ ਨੇ ਉਹਨਾਂ ਲਈ ਲੋੜ ਪਵੇਗੀ ਅਤੇ ਨਾਲ ਦੀ ਨਾਲ ਹੀ ਤੁਹਾਨੂੰ ਹੁਣ ਫਾਈਨੈਂਸ਼ੀਅਲਸ ਦਿਖਾਉਣੇ ਪਿਆ ਕਰਨਗੇ ਅਤੇ ਜੇਕਰ ਤੁਹਾਡਾ ਬਿਜ਼ਨਸ ਘਾਟੇ ਦੇ ਵਿੱਚ ਜਾ ਰਿਹਾ ਹੈ ਤਾਂ ਹੁਣ ਤੁਸੀਂ LMIA ਨਹੀਂ ਕਢਾ ਸਕੋਗੇ। ਸੋ ਜਿਹੜਾ ਐਕਸਪਲੋਟੇਸ਼ਨ ਹੈ ਨਕਲੀ LMIA ਦੀ ਜਿਹੜੀ ਉਹ ਕਿਤੇ ਨਾ ਕਿਤੇ ਇਹਦੇ ਉੱਪਰ ਠੱਲ ਪਵੇਗੀ ਅਤੇ ਇਹ ਤਾਂ ਹੁਣ ਗੌਰਮੈਂਟ ਦੇ ਕਾਨੂੰਨ ਹੈ ਜੀ ਅੱਗੇ ਚੱਲ ਕੇ ਕੀ ਹੁੰਦਾ ਵਾ, ਪਰ ਇਹ ਤੁਹਾਡੇ ਲਈ ਖਬਰ ਆਈ ਸੀ ਅੱਜ ਦੀ, ਮੈਂ ਤੁਹਾਨੂੰ ਦੱਸ ਦਿੱਤੀ ਹੈ ਜੀ।